ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪਣੇ ਜਟਾਣਾ ਫਾਰਮ ਯੂਟਿਊਬ ਚੈਨਲ 'ਤੇ। ਲਓ ਵੀ ਦੋਸਤੋ, ਅੱਜ ਦੀ ਮੰਡੀ ਆਪਾਂ ਮੌੜ ਪਸ਼ੂ ਮੰਡੀ, ਜਿਹੜੀ ਕਿ ਤੁਹਾਨੂੰ ਪਤਾ ਮਹੀਨੇ 'ਚ ਇੱਕ ਵਾਰੀ ਲੱਗਦੀ ਹੈ ਨਾ, 20 ਤਰੀਕ ਨੂੰ ਅੱਜ ਮੌੜਾਂ ਦੀ ਮੰਡੀ ਕਵਰ ਕਰਨ ਪਹੁੰਚਿਆ ਅਤੇ ਦਿਖਾਉਣਾ ਤੁਹਾਨੂੰ ਆਪਾਂ ਟੋਪ ਦੇ ਪਸ਼ੂ। ਜੇ ਕਿਸੇ ਭਰਾ ਨੇ ਲੈਣੇ ਹੋਣ ਨੰਬਰ ਜਿਹੜੇ ਬਾਈਆਂ ਦੇ ਬੋਲੇ ਹੋਏ ਵਿੱਚ ਵੀਡੀਓ ਦੇ ਵਿੱਚ, ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਅਤੇ ਚੈਨਲ 'ਤੇ ਜਿਹੜੇ ਭਰਾ ਪਹਿਲੀ ਵਾਰ ਆ ਚੈਨਲ ਨੂੰ ਜ਼ਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਬਾਕੀ ਇੱਥੇ ਮੌੜ ਪਸ਼ੂ ਮੰਡੀ ਦੇ ਟੋਪ ਦੇ ਪਸ਼ੂ ਪਹੁੰਚਦੇ, ਕਿਸੇ ਵੀ ਤਰ੍ਹਾਂ ਦਾ ਤੁਸੀਂ ਪਸ਼ੂ ਲੈਣਾ ਤਾਂ ਮੌੜ ਪਸ਼ੂ ਮੰਡੀ ਦੇ ਜਿਹੜਾ ਪਹੁੰਚ ਸਕਦੇ ਹੋ, ਚੰਗੇ ਪਸ਼ੂ ਜਿਹੜੇ ਇੱਥੇ ਖਰੀਦ ਸਕਦੇ ਹੋ, ਚੰਗੇ ਰੇਟ 'ਤੇ ਮਿਲ ਜਾਂਦੇ ਆ, ਘੱਟ ਰੇਟ ਵਾਲੇ ਵੀ ਮਿਲ ਜਾਂਦੇ ਆ। ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤੁਸੀਂ ਮੌੜ ਪਸ਼ੂ ਮੰਡੀ ਜਿਹੜਾ ਪਹੁੰਚ ਸਕਦੇ ਹੋ, ਚੰਗੇ ਚੰਗੇ ਪਸ਼ੂ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੇ ਆ ਨਾ, ਇੱਧਰ ਮੰਡੀ ਜਿਹੜੀ ਬਹੁਤ ਜ਼ਿਆਦਾ ਭਰੀ ਹੋਈ ਆ। ਅਤੇ ਆ ਜਾਓ ਫਿਰ, ਬਾਹਲਾ ਟਾਈਮ ਜਾਂਦੇ ਥੋੜੀ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਅਤੇ ਦਿਖਾਉਣਾ ਤੋਰ ਕੇ ਬਸ ਅਤੇ ਡਿਟੇਲ ਲੈ ਕੇ ਦਿੰਦੇ ਹਾਂ। ਆ ਜਾਓ, ਲੈ ਵੀ ਤੁਹਾਨੂੰ ਆਪਾਂ ਪਹਿਲੀ ਝੋਟੀ ਜਿਹੜੀ ਮੰਡੀ ਤੋਂ ਤੋਰ ਕੇ ਦਿਖਾਉਣੇ ਹੈਗੇ ਹੈ ਨਾ, ਬਹੁਤ ਸੋਹਣੀ ਝੋਟੀ ਹੈਗੀ ਮੱਝ। ਬਾਕੀ ਬਾਈ ਨਾਲ ਗੱਲਬਾਤ ਕਰਾਂਗੇ, ਸਾਰੀ ਡਿਟੇਲ ਲਵਾਂਗੇ, ਥਾਨਲੇ ਵਾ ਇੱਧਰੋਂ ਸਾਈਡ ਤੋਂ ਦੇ ਸਕਦੇ ਤੁਸੀਂ ਨਾ, ਡਿਟੇਲ 'ਚ ਤੁਹਾਨੂੰ ਸਾਰਾ ਕੁਝ ਪੁੱਛ ਕੇ ਦੇਵਾਂਗੇ ਬਾਈ ਤੋਂ। ਜੇ ਕਿਸੇ ਭਰਾ ਨੇ ਲੈਣੀ ਤਾਂ ਸੰਪਰਕ ਕਰ ਲਿਓ। ਬਾਕੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਜਿਵੇਂ ਤੁਹਾਨੂੰ ਅੱਗੇ ਦੱਸਿਆ ਨਾ, ਤੁਸੀਂ ਮੌੜ ਮੌਸਮ ਮੰਡੀ 'ਤੇ ਪਹੁੰਚ ਕੇ ਜਿਹੜਾ ਬਾਕੀ ਦੇ ਸੌਦਾ ਦਾ ਜਿਹੜਾ ਦੋਸਤੋ ਇੱਥੇ ਮੰਡੀ ਦੇਖ ਵਰ ਕੇ ਤੁਸੀਂ ਲੈ ਸਕਦੇ। ਵੀਡੀਓ ਬਣਾਉਣ ਦਾ ਆਪਣਾ ਮਤਲਬ ਐਂ ਹੁੰਦਾ ਗਾ ਵੀ ਤੁਹਾਨੂੰ ਇੱਕ ਪਸ਼ੂ ਦਿਖਾ ਦਿੰਦੇ ਹਾਂ ਵੀ ਆਪਾਂ ਇਹੋ ਜਿਹੇ ਪਸ਼ੂ ਆਉਂਦੇ ਹੈਗੇ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਆਪਣਾ? ਹਰਿੰਦਰ ਸਿੰਘ ਜੀ। ਪਿੰਡ ਕਿਹੜਾ ਬਾਈ ਦਾ? ਹੀਰੋ ਮਾਨਸਾ ਜੀ। ਹੀਰੋ ਖੁਰਦ ਮਾਨਸਾ? ਹੀਰੋ ਕਲਾਂ ਜੀ। ਹੀਰੋ ਕਲਾਂ ਜ਼ਿਲ੍ਹਾ ਮਾਨਸਾ ਪੈਂਦਾ। ਅਤੇ ਬਾਈ ਜਿਹੜੀ ਆਪਾਂ ਝੋਟੀ ਦੀ ਮੱਝ ਤੋਰੀ ਆ, ਇਹ ਕਿਵੇਂ ਸੂਈ ਸੂਈ ਆ? ਤੀਜਾ ਸੂਆ। ਤਾਜ਼ੀ ਸੂਈ ਆ? ਹੁਣ ਬੱਚਾ ਉਹ ਆ ਜਿਹੜਾ ਉਖੜਾ? ਠੀਕ ਆ। ਅਤੇ ਕਹਿ ਕੇ ਦਿਨੋਗੇ ਬਾਈ ਸੂਈ ਨੂੰ? ਠੀਕ ਆ। ਅਤੇ ਦੁੱਧ ਦੀ ਗੱਲ ਕਰੀਏ ਬਾਈ, ਦੁੱਧ ਦਾ ਕੀ ਰਿਕਾਰਡ ਹੈ? 14 ਲੀਟਰ। ਠੀਕ ਆ। ਰੇਟ ਦੀ ਗੱਲ ਕਰੀਏ ਬਾਈ, ਰੇਟ ਹੈ? 1.5 ਲੱਖ ਰੁਪਿਆ। ਅਤੇ ਲੈਣ ਦੇਣ ਕਿੱਥੋਂ ਤੱਕ ਹੋਜੂਗਾ? ਮਾਨਤਾਨ ਹੋਜੂਗਾ। ਵਪਾਰ ਦਾ ਕੰਮ ਆ ਕਿ ਘਰ ਦੇ ਪਸ਼ੂ? ਘਰ ਦੀ ਹੈਗੀ ਆਪਣੀ। ਠੀਕ ਆ। ਅਤੇ ਨੰਬਰ ਬੋਲ ਦਿਓ ਬਾਈ ਇੱਕ ਵਾਰੀ ਆਪਣਾ। 94176। 35360। ਠੀਕ ਆ। ਪਿੰਡ ਬਾਈ ਦਾ? ਹੀਰੋ ਕਲਾਂ ਹੈਗਾ ਜ਼ਿਲ੍ਹਾ। ਵੀਰੋ ਕਲਾਂ? ਵੀਰੋ ਕਲਾਂ ਜ਼ਿਲ੍ਹਾ ਮਾਨਸਾ ਪੈ ਜਾਂਦਾ ਗਾ। ਬਾਕੀ ਘਰ ਦੀ ਮੱਝ ਹੈਗੀ 14 ਕਿਲੋ ਰਿਕਾਰਡ ਦੁੱਧ ਵਾਲੀ ਮੱਝ ਹੈਗੀ। ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਬਾਈ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਚੰਗੇ ਚੰਗੇ ਪਸ਼ੂ ਜਿਵੇਂ ਪਹੁੰਚਦੇ ਹਨ, ਇੱਧਰ ਖੜੀ ਇੱਕ ਮੱਝ, ਇਹ ਵੀ ਆਪਾਂ ਤੋਰ ਕੇ ਦਿਖਾਉਣੇ ਤੁਹਾਨੂੰ ਬਾਈਆਂ ਦੀ ਹੈ ਨਾ, ਅਤੇ ਇਹਦੀ ਵੀ ਬਾਈਆਂ ਤੋਂ ਆਪਾਂ ਡਿਟੇਲ ਲੈਂਦੇ। ਅਤੇ ਇੱਧਰ ਬਾਈਆਂ ਦੀ ਮਾੜਾ ਜਿਹਾ ਤੋਰ ਦੋਗੇ? ਦੂਜੇ ਸੂਏ ਦੀ ਮੱਝ ਆ ਜਿਹੜੀ ਸੂਈ ਹੋਈ ਹੈਗੀ ਤਾਜ਼ੀ, ਅਤੇ ਬੋਡੀ ਬਾਂਤਰ ਦੀ, ਅਤੇ ਬੋਡੀ ਬਾਂਤਰ ਦੀ ਬਹੁਤ ਸੋਹਣੀ ਆ, ਭਰੀ ਹੋਈ ਮੱਝ ਹੈਗੀ। ਅਤੇ ਥਾਨ ਲੈਵਾ ਇੱਧਰੋਂ ਸਾਈਡ ਤੋਂ ਕਿਰਾਂ ਚੈੱਕ ਕਰਾ ਦਿੰਦੇ ਤੁਹਾਨੂੰ। ਬਾਕੀ ਆਪਾਂ ਡਿਟੇਲ 'ਚ ਸਾਰੀ ਬਾਈ ਤੋਂ ਗੱਲ ਵਾਪਸਾਂਗੇ। ਅਤੇ ਫੇਸ ਕੁਆਲਿਟੀ ਦੀ ਅਤੇ ਬੋਡੀ ਬਾਂਤਰ ਤੁਸੀਂ ਦੇ ਸਕਦੇ ਹੋ ਨਾ, ਬਹੁਤ ਜ਼ਬਰਦਸਤ ਝੋਟੀ ਹੈਗੀ। ਬਾਕੀ ਆਪਾਂ ਡਿਟੇਲ 'ਚ ਸਾਰੀ ਗੱਲਬਾਤ ਬਾਈਆਂ ਨਾਲ ਕਰਾਂਗੇ ਵੀ ਕੀ ਮਾਲ ਮੁੱਲ ਕਰਦਾ, ਕਿੰਨਾ ਦੁੱਧ ਥੋੜ੍ਹਾ, ਅਤੇ ਲੇਵਾ ਲੂਆ ਤੁਸੀਂ ਬੈਕ ਸਾਈਡ ਤੋਂ ਜਿਹੜਾ ਦੇ ਸਕਦੇ ਹੋਗੇ। ਥੋੜ੍ਹੇ ਥੋੜ੍ਹੇ ਥਾਣੇ ਜਿਹੜੇ ਝੋਟੀ ਨੂੰ ਲੱਗੇ ਹੋਏ ਆ, ਦੂਜੇ ਸੂਏ ਸੂਈ ਹੋਈ ਆ, ਅਤੇ ਬਾਕੀ ਇਹ ਬੋਡੀ ਮਾਨਤਾ ਦੀ ਬਹੁਤ ਸੋਹਣੀ ਹੈਗੀ। ਅਤੇ ਆ ਜਾਓ ਬਾਈ, ਕੀ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ, ਅਤੇ ਡਿਟੇਲ 'ਚ ਬੋਲਦੇ ਹਾਂ ਸਾਰਾ ਵੀ ਕੀ ਮਾਲ ਮੁੱਲ ਕਰਦਾ ਤਾਂ ਕਿੰਨਾ ਦੁੱਧ ਆ, ਪਿੱਠ ਥੋੜ੍ਹਾ ਅਤੇ ਲੇਵਾ ਜਿਹੜਾ ਬੈਕ ਸਾਈਡ ਤੋਂ ਤੁਸੀਂ ਦੇ ਸਕਦੇ ਮੱਝ ਦਾ, ਚਾਰੇ ਥਾਣਾ ਇੱਕੋ ਜਿਹਾ ਜਿਹਾ। ਬਾਕੀ ਇਹਦੇ ਘਰ ਦੇ ਮੱਝ ਲੱਗਦੀ ਹੈ ਵੀ, ਬਾਕੀ ਡਿਟੇਲ 'ਚ ਬਾਈ ਤੋਂ ਸਾਰੀ ਆਪਾਂ ਡਿਟੇਲ ਪੁੱਛਾਂਗੇ। ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋਗੇ। ਚਾਹ ਬਣ ਵੀ ਰਹਿੰਦੇ ਆ। ਬਾਕੀ ਤੁਸੀਂ ਪਸ਼ੂ ਦੋਸਤੋ ਇੱਥੋਂ ਆ ਕੇ ਖਰੀਦੋ, ਕਦੇ ਵੀ ਖਰੀਦਣਾ ਨਾ ਜਾਂ ਤਸੱਲੀ ਕਰਕੇ ਜ਼ਰੂਰ ਲਿਆ ਕਰੋ। ਬਾਕੀ ਅਜੋ ਬਾਈ ਨਾਲ ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਆਪਣਾ? ਆਪਣਾ ਗੋਰਾ ਸਿੰਘ ਹੈ ਜੀ। ਪਿੰਡ ਕਿਹੜਾ ਜੀ? ਪਿੰਡ ਦੁੱਲੇਵਾਲਾ ਜੀ। ਦੁੱਲੇਵਾਲਾ ਜ਼ਿਲ੍ਹਾ? ਜ਼ਿਲ੍ਹਾ ਬਠਿੰਡਾ ਜੀ। ਬਠਿੰਡਾ ਜ਼ਿਲ੍ਹਾ ਰਹਿ ਜਾਂਦਾ? ਤਹਿਸੀਲ ਫੂਲ ਆ ਜੀ। ਤਹਿਸੀਲ ਫੂਲ ਰਹਿ ਜਾਂਦੀ ਆ। ਕਿਹ ਪਸ਼ੂ ਲੈ ਕੇ ਆਏ ਬਾਈ ਅੱਜ ਮੰਡੀ ਦੇ? ਇੱਕ ਮੱਝ ਹੈ ਜੀ। ਇੱਕ ਮੱਝ ਆ, ਘਰ ਦੀ ਹੈ ਕਿ ਵਪਾਰ ਦਾ ਕੰਮ? ਘਰ ਦੀ ਆਪਣੀ, ਵਪਾਰ ਦਾ ਕੰਮ ਤਾਂ ਨਹੀਂ? ਨਹੀਂ, ਘਰ ਦੀ ਝੋਟੀ। ਠੀਕ ਗੱਲ ਹੈ ਵੀ ਘਰ ਦੀ ਝੋਟੀ ਹੈਗੀ। ਦੂਜੇ ਸੂਏ ਸੂਈ ਹੋਈ ਆ ਜੀ? ਦੂਜੇ ਸੂਏ ਦੋ ਦੰਦ ਆ ਜੀ। ਦੋ ਦੰਦ ਆ ਜੀ। ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਬਾਈ ਨੇ? ਸੂਏ ਸੀਗਾ 11 ਕਿਲੀਟਰ। 11 ਕਿਲੀਟਰ ਹੁਣ ਹਫ਼ਤਾ ਹੋ ਗਿਆ, 13 ਲੀਟਰ ਤਿਆਰ ਆ ਹੁਣ। 13 ਲੀਟਰ ਤਸੱਲੀ ਨਾਲ ਡੱਬੇ ਮਾਰ ਕੇ ਲਿਜਾ ਸਕਦਾ ਅਗਲਾ? ਠੀਕ ਆ। ਅਤੇ ਰੇਟ ਦੀ ਗੱਲ ਕਰੀਏ ਬਾਈ, ਕਿੰਨਾ ਰੇਟ ਰੱਖਦਾ? 1,60,000 ਮੰਗਦੇ ਹਾਂ ਜੀ। 1,60,000 ਆ। ਲੈਣ ਦੇਣ ਕਿੱਥੋਂ ਤੱਕ ਹੋਜੂ? 5,000 ਰੁਪਏ ਇੱਧਰ ਉੱਧਰ। 5,000 ਉੱਧਰ ਉੱਧਰ ਹੋ ਜੂ। ਬਾਕੀ ਫੋਨ 'ਤੇ ਗੱਲਬਾਤ ਹੋ ਜੂ, ਹੈ ਨਾ? ਠੀਕ ਆ। ਨੰਬਰ ਬੋਲ ਦਿਓ ਇੱਕ ਵਾਰੀ ਆਪਣਾ। 725 98725 ਹਾਂਜੀ। 73506 73506।
ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਆ ਝੋਟੀ ਲੈਣੀ ਹੋਈ 13 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਪਿਛਲੇ ਸੂਏ ਨੇ ਪਹਿਲੇ ਸੂਏ ਜਿਹੜਾ 11 ਲੀਟਰ ਦੁੱਧ ਦਿੱਤਾ ਹੁਣ ਮੂੰਹੋਂ ਬਾਈ ਦੋ ਦੰਦ ਆ ਗਈ ਦੋ ਦੰਦ ਝੋਟੀ ਆ ਘਰ ਦੀ ਝੋਟੀ ਹੈਗੀ ਬੱਚਾ ਕੀ ਹੈ ਮਗਰ ਬਾਈ ਦੇ ਮਗਰ ਕੱਟੀ ਆ ਬਹੁਤ ਵਧੀਆ ਕੱਟੀ ਆ ਮਗਰ ਬਹੁਤ ਸੋਹਣੀ ਕੱਟੀ ਹੈਗੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਸੰਪਰਕ ਜਿਹੜਾ ਕਰ ਸਕਦੇ ਠੀਕ ਹੈ ਬਾਈ ਲੈ ਮਿੱਤਰ ਸੋਨੂੰ ਇੱਕ ਆਪਾਂ ਬੂਰੀ ਮੱਝ ਜਿਹੜੀ ਤੋਰ ਕੇ ਦਿਖਾਉਣੇ ਝੋਟੀ ਥਾਨ ਲੇਵਾ ਇੱਧਰੋਂ ਦੇਖ ਸਕਦੇ ਬੈਕ ਸਾਈਡ ਤੋਂ ਬਹੁਤ ਸੋਹਣਾ ਨਾ ਨਾੜਾ ਨੂੜਾ ਪੂਰੀਆਂ ਥਾਂ 'ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਦੇਖੋ ਤੁਸੀਂ ਫੇਸ ਕੁਆਲਿਟੀ ਅਤੇ ਪੱਠਫੋੜੀ ਬਹੁਤ ਸੋਹਣੀਆਂ ਸਿੰਗਾਂ ਹੋਊਗਾ ਦੀਆਂ ਕੁੰਡੀ ਹੈਗੀ ਬੂਰੀ ਮੱਝ ਹੈਗੀ ਬਾਕੀ ਤੁਰਦੀ ਚੈੱਕ ਕਰ ਲਓ ਤੁਸੀਂ ਪੱਠਫੋੜੇ ਦੀ ਲੇਵਲ ਵਾ ਬੈਕ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਆਪਾਂ ਤੁਹਾਨੂੰ ਥੋੜ੍ਹਾ ਜੂਮ ਕਰਕੇ ਦਿਖਾ ਦਿੰਦੇ ਹਾਂ ਨਾ ਦੇਖੋ ਅਸੀਂ ਬਹੁਤ ਸੋਹਣੀ ਝੋਟੀ ਹੈ ਵੀ ਬੂਰੀ ਬਾਕੀ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ ਅਤੇ ਕਿੱਥੋਂ ਤੱਕ ਦੋ ਸਾਰੀ ਡਿਟੇਲ 'ਚ ਗੱਲਬਾਤ ਕਰਾਂਗੇ ਬਾਈ ਨਾ ਅਤੇ ਥਾਲੇ ਵਾ ਇੱਧਰੋਂ ਸਾਈਡ ਤੋਂ ਜਿਹੜਾ ਦੇ ਸਕਦੇ ਹਾਂ ਤਾਜ਼ੀ ਸੂਈ ਹੋਈ ਆ ਵੱਡੀ ਗੱਲ ਆ ਹੈ ਨਾ ਤਾਜ਼ੀ ਸੂਈ ਹੋਈ ਹੈਗੀ ਪੱਸਾਂ ਬਾਈ ਤੋਂ ਵੀ ਕਹਿਵੇਂ ਸੂਏ ਸੂਈ ਆ ਕਹਿ ਕੇ ਦਿਨ ਹੋ ਗਏ ਸੂਈ ਨੂੰ ਬੱਚਾ ਤੁਸੀਂ ਮਗਰ ਦੇਖ ਸਕਦੇ ਆ ਬੈਠਾ ਜਿਹੜਾ ਕਾਲੇ ਰੰਗ ਦਾ ਗਾ ਕੱਟਾ ਜਾਂ ਕੱਟੀ ਆਈ ਵੀ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਲੇਬਲ ਵਾ ਇੱਧਰੋਂ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਨਾੜਾ ਨੂੜਾ ਹੈਗੀਆਂ ਵਧੀਆ ਦੁੱਧ ਵਾਲੇ ਰਿਕਾਰਡ ਵਾਲੀ ਆ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਸੁਖਵੀਰ ਸਿੰਘ ਸੁਖਵੀਰ ਪਿੰਡ ਕਿਹੜਾ ਬਾਈ ਪਿੰਡ ਸਾਧੂ ਵਾਲਾ ਜੀ ਜ਼ਿਲ੍ਹਾ ਕਿਹੜਾ ਪਿੰਡ ਜ਼ਿਲ੍ਹਾ ਮਾਨਸਾ ਵਪਾਰ ਦਾ ਕੰਮ ਕੀ ਕਰਦੀ ਆ ਬਾਈ ਕਰਦੀ ਹੈਗੀ ਕਿਵੇਂ ਸੂਏ ਸੂਈ ਆ ਬਾਈ ਦੂਜੇ ਸੂਏ ਬੱਚਾ ਕੀ ਹੈ ਮਗਰ ਇਹਦੇ ਠੀਕ ਆ ਅਤੇ ਦੁੱਧ ਦੀ ਗੱਲ ਕਰੀਏ ਬਾਈ ਪਹਿਲੇ ਸੂਏ ਕਿੰਨਾ ਕੁ ਦਿੱਤਾ ਇਹਨੇ 12 ਕਿਲੋ 12 ਕਿਲੋ ਅੱਜ 4 ਦਿਨਾਂ ਦੀ ਸੂਈ ਆ 10 ਕਿਲੋ ਦੁੱਧ ਤਿਆਰ ਹੈ 10 ਕਿਲੋ ਠੀਕ ਆ 15 ਕਿਲੋ ਕਰ ਜੂ ਬਾਈ ਹੈ ਠੀਕ ਆ ਅਤੇ ਰੇਟ ਦੀ ਗੱਲ ਕਰੀਏ ਬਾਈ ਰੇਟ ਕੀ ਰੱਖਦਾ ਇਹਦਾ 1,45,000 ਠੀਕ ਆ ਲੈਣ ਦੇਣਾ ਮਾਨਤਾਨ ਹੋ ਜੂ ਨੰਬਰ ਬੋਲ ਦੇ ਇੱਕ ਵਾਰੀ 98-140-92-304 ਜੀ 98-140-92-304 ਠੀਕ ਆ ਇਹ ਨੰਬਰ ਆ ਬਾਈ ਦਾ ਜੇ ਕਿਸੇ ਭਰਾ ਨੇ ਬੂਰੀ ਮੱਝ ਲੈਣੀ ਹੋਈ ਬਾਈ ਕਹਿੰਦਾ 12 ਕਿਲੋ 11-10 ਕਿਲੋ ਬੋਲਾ ਹੁਣ ਤਿਆਰ ਹੈਗਾ ਅਤੇ ਕਿੰਨਾ ਕਰ ਜੂ ਬਾਈ ਦੁੱਧ ਦੁੱਧ 15 ਕਿਲੋ ਦੁੱਧ ਕਰ ਜੂਗੀ ਬਾਕੀ ਤੁਸੀਂ ਫੋਨ 'ਤੇ ਗੱਲਬਾਤ ਕਰਕੇ ਜੇ ਕਿਸੇ ਭਰਾ ਨੇ ਤਸੱਲੀ ਕਰਕੇ ਜਿਹੜੀ ਮੱਝ ਚੋ ਕੇ ਦੋ ਡੰਗ ਬਾਈ ਕਹਿੰਦਾ ਚੋ ਕੇ ਭਰਾ ਪਿੰਡੋਂ ਜਿਹੜੇ ਮੱਝ ਲਿਆ ਸਕਦਾ ਮਿੱਤਰੋ ਸੋਨੇ ਇੱਕ ਆਪਾਂ ਦੂਜੇ ਸੂਏ ਦੀ ਝੋਟੀ ਤੋਰ ਕੇ ਦਿਖਾਉਣੇ ਆ ਝੋਟੀ ਕੀ ਆ ਬਾ ਕਮਾਲ ਝੋਟੀ ਹੈਗੀ ਦੇਖੋ ਤੁਸੀਂ ਪੂਰੀ ਜੈੱਡ ਬਲੈਕ ਆ ਗਈ ਬਾਕੀ ਇਹਦੇ ਮੂੰਹ ਮੱਥੇ 'ਤੇ ਸਿੰਗਾ ਸੁੰਗਾ ਦੇਖੋ ਤੁਸੀਂ ਪੂਰੀ ਕੁੰਡੀ ਆ ਹੈ ਨਾ ਬਾ ਕਮਾਲ ਆ ਗਈ ਦੇਖੋ ਤੁਸੀਂ ਲੇਵਾ ਲੂਆ ਤੁਹਾਨੂੰ ਆਰਡਰ ਦਿਖਾਉਣਾ ਦੇਖੋ ਬੈਕ ਸਾਈਡ ਤੋਂ ਤੁਸੀਂ ਪੂਰੀ ਐਂ ਟੋਪ ਦੀ ਝੋਟੀ ਆਪਾਂ ਕਹਿ ਸਕਦੇ ਹਾਂ ਪੂਰੀ ਘੈਂਟ ਗੱਲਬਾਤ ਆ ਜੈੱਡ ਬਲੈਕ ਆ ਜਮਾਂ ਅਤੇ ਬਾਕੀ ਇਹਦੇ ਦੇਖੋ ਤੁਸੀਂ ਮੂੰਹ ਮੱਥੇ ਦੀ ਬਹੁਤ ਸੁਨੱਖੀ ਹੈਗੀ ਬਾਕੀ ਆ ਜੋ ਬਾਈ ਨਾਲ ਕਰਦੇ ਹਾਂ ਗੱਲਬਾਤ ਵੀ ਕਿਵੇਂ ਸੂਏ ਸੂਈ ਇਹ ਕੀ ਰੇਟ ਕਰਦਾ ਬਾਈ ਹੈ ਨਾ ਅਤੇ ਕਿੰਨਾ ਦੁੱਧ ਆ ਬਾਕੀ ਇਹਦੇ ਥਾਣ ਹਵਾਨਾ ਜਿਹੜਾ ਇੱਧਰੋਂ ਦੇਖ ਸਕਦੇ ਅਸੀਂ ਕੋਲੋਂ ਦੇਖੋ ਅਸੀਂ ਅਤੇ ਬਾਕੀ ਦੁੱਧ ਪੁੱਛਦੇ ਹਾਂ ਬਾਈ ਨੂੰ ਵੀ ਕਿੰਨਾ ਦੁੱਧ ਆ ਦਿੰਦੀ ਆ ਮਾੜੇ ਕਰੀ ਉੱਧਰ ਬੰਨੀ ਬਾਕੀ ਇਹਦੇ ਤੁਸੀਂ ਪੱਠਫੋੜੇ ਅਤੇ ਬੋਡੀ ਮੰਤਾ ਦੀ ਦੇਖ ਸਕਦੇ ਹੋ ਹੈ ਨਾ ਬਹੁਤ ਸੋਹਣੀ ਹੈਗੀ ਚੰਗੇ ਕੱਦਕਾਠ ਵਾਲੀ ਆ ਖੜਮੇ ਪੁੜੇ ਦੀ ਹੈਗੀ ਅਤੇ ਵਧੀਆ ਝੋਟੀ ਹੈਗੀ ਬਾਕੀ ਇਹਦੇ ਬਾਈ ਦੇਖੋ ਅਸੀਂ ਨਾ ਸਕੀਨ ਝੋਟੀਆਂ ਲੈ ਕੇ ਆਉਂਦਾ ਗਾ ਮੱਝਾਂ ਅਤੇ ਬਾਕੀ ਅੱਜ ਬਾਈ ਨਾਲ ਕਰਦੇ ਹਾਂ ਗੱਲਬਾਤ ਆਪਾਂ ਸਾਰੀ ਡਿਟੇਲ 'ਚ ਪੁੱਛਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆਪਣਾ ਗੁਰਦੀਪ ਸਿੰਘ ਪਿੰਡ ਲੱਲੂਆਣਾ ਜ਼ਿਲ੍ਹਾ ਮਾਨਸਾ ਹਾਂ ਬਾਈ ਜ਼ਿਲ੍ਹਾ ਮਾਨਸਾ ਠੀਕ ਆ ਆਪਣੇ ਮਾਨਸਾ ਇਹ ਤੋਂ ਰੋਡ ਦੇ ਨਾਲ ਹੀ ਰਹਿ ਜਾਂਦਾ ਨਾ ਪਿੰਡ 5 ਕਿਲੋਮੀਟਰ ਦੀ ਰਹਿ ਜਾਂਦਾ ਗਾ ਠੀਕ ਆ ਬਾਈ ਜਿਹੜੀ ਆਪਾਂ ਝੋਟੀ ਤੋਰੀ ਹੈਗੀ ਕਿਵੇਂ ਸੂਈ ਸੂਈ ਇਹ ਦੂਜੇ ਸੂਏ ਪਹਿਲਾਂ ਨੇ ਭਲੂਣ ਨੇ 14 ਕਿਲੋ ਦੁੱਧ ਪਾਇਆ ਭਲੂਣ ਨੇ 14 ਕਿਲੋ ਦੁੱਧ ਪਾਇਆ ਹੁਣ ਕਹਿ ਕੇ ਦਿਨ ਹੋ ਗਏ ਸੂਈ ਨੂੰ ਹੁਣ ਇਹਨੂੰ ਬਾਈ ਹਫ਼ਤਾ ਹੋ ਗਿਆ 10 ਕਿਲੋ ਬੋਲਾ ਤਿਆਰ ਆ 10 ਕਿਲੋ ਬੋਲਾ ਤਾਰਾ ਕੀ ਉਮੀਦ ਹੈ ਤੋਂ ਬਾਈ ਕਿੰਨਾ ਦੁੱਧ ਕਰ ਜੂ 16-17 ਦੀ ਜੇ ਕਿਸੇ ਭਰਾ ਨੇ ਲੈਣੀ ਹੋਈ ਮੰਨ ਲਾ ਬਈ 12-13 ਲੀਟਰ 14 ਲੀਟਰ ਮੰਨ ਕੇ ਜਾ ਸਕਦਾ ਨਾ 12-13 ਲੀਟਰ ਵੀ ਬਹੁਤ ਹੁੰਦਾ ਗਾ ਠੀਕ ਆ ਦੋ ਬਾਲਟੀਆਂ ਕਹਿ ਸਕਦੇ ਹਾਂ ਆਪਾਂ ਭਰ ਜਾਂਦੀਆਂ ਹੈਗੀਆਂ 12 ਲੀਟਰ ਨਾ ਅਤੇ ਬਾਕੀ ਬਾਈ ਬੱਚਾ ਕੀ ਹੈ ਮਗਰ ਇੱਥੇ ਮਗਰ ਕੱਟੀ ਆ ਅਤੇ ਤੁਸੀਂ ਝੋਟੀ ਦੱਸ ਦੇ ਕਿਹੜੇ ਦੀ ਇਹ
ਨੰਬਰ ਬੋਲ ਦੇ ਬਾਈ ਇੱਕ ਵਾਰੀ ਆਪਣਾ 9875 07 97 ਠੀਕ ਆ ਇਹ ਨੰਬਰ ਆ ਬਾਈ ਦਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਵਪਾਰ ਦਾ ਕੰਮ ਆਪਣਾ ਝੋਟੀ ਬਾਗ ਮਾਲ ਆ ਗਈ ਤੇ 14-15 ਲੀਟਰ ਬਾਈ ਦੁੱਧ ਕਹਿੰਦਾ ਬਾਕੀ ਤੁਸੀਂ 12-13 ਲੀਟਰ ਮੰਨ ਕੇ ਜਾ ਸਕਦੇ ਹੋ ਜਾਂ ਡਬਲ ਹੈਗਾ ਅੱਬੇ ਮੰਨੂ ਦੀ ਕੱਟੀ ਆ ਬਾਕੀ ਤੁਸੀਂ ਬਾਈ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਠੀਕ ਹੈ ਤੇ ਆ ਜਾਓ ਦੋਸਤੋ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਹੋਰ ਪਸ਼ੂ ਜਿਹੜੇ ਤੋਰ ਕੇ ਦਿਖਾਉਣੇ ਇੱਥੇ ਬਹੁਤ ਚੰਗੇ ਚੰਗੇ ਪਸ਼ੂ ਆਏ ਆ ਲੈ ਵੀ ਦੋਸਤੋ ਤੁਹਾਨੂੰ ਇੱਕ ਆਪਾਂ ਗੱਬਣ ਝੋਟੀ ਬਾਈਆਂ ਦੀ ਤੋਰ ਕੇ ਦਿਖਾਉਣੇ ਹੈਗੇ ਜਿਹੜੀ ਦੂਜੇ ਸੂਏ ਸੂਣਾ ਹੈਗਾ ਇਹਨੇ ਅਤੇ ਬਾਕੀ ਇਹ ਬਣੀ ਬੁਣੀ ਚੰਗੀ ਹੈਗੀ ਹੈ ਨਾ ਬੋਡੀ ਬਣਤਰ ਦੀ ਦੇਖ ਸਕਦੇ ਤੁਸੀਂ ਹੈ ਨਾ ਬੋਡੀ ਸਟਿਚਰ ਦੀ ਬਹੁਤ ਸੋਹਣੀ ਹੈਗੀ ਦੂਜੇ ਸੂਏ ਜਿਹੜਾ ਸੂਣਾ ਹੈਗਾ ਬਾਕੀ ਆਪਾਂ ਡਿਟੇਲ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦਾਂ ਪਹਿਲਾਂ ਤੁਸੀਂ ਤੁਰਦੇ ਨੂੰ ਚੈੱਕਆਊਟ ਕਰ ਲਿਓ ਜਿਹੜਾ ਲੇਵਾ ਲੂਵਾ ਬਣਾਉਂਦੀ ਤੁਰ ਜਾਂਦੀ ਆ ਹਜੇ ਬਾਕੀ ਬੱਸਾਂ ਬਾਈ ਤੋਂ ਵੀ ਕੈਦਨਾਂ ਦੀ ਕੱਚੀ ਆ ਹਜੇ ਹੈ ਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਆਪਾਂ ਤੁਹਾਨੂੰ ਲੈ ਜਾਂਗੇ ਅਤੇ ਬਾਕੀ ਬਾਈ ਨਾਲ ਜੋ ਕਰਦੇ ਹਾਂ ਗੱਲਬਾਤ ਅਤੇ ਬਹੁਤ ਸੋਹਣੀ ਝੋਟੀ ਹੈਗੀ ਯਾਰ ਬਣਨ ਵਾਲੀ ਹੈਗੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਨਾਲ ਸੰਪਰਕ ਜ਼ਰੂਰ ਕਰ ਲਿਓ ਤੁਸੀਂ ਹੈ ਨਾ ਬਣਨ ਵਾਲੀ ਝੋਟੀ ਆਪਾਂ ਤੁਹਾਨੂੰ ਅੱਜ ਟੋਪ ਟੋਪ ਦੀਆਂ ਮੱਝਾਂ ਜਿਹੜੀਆਂ ਦਿਖਾਉਣੀਆਂ ਮੌਲ ਮੰਡੀ 'ਤੇ ਦੇਖੋ ਤੁਸੀਂ ਪੂਰੀ ਬੋਡੀ ਬਣਤਰ ਦੀ ਪੂਰੀ ਸੋਹਣੀ ਹੈਗੀ ਥਾਂ ਲੇਵਾ ਇੱਧਰੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਹੈ ਨਾ ਬਾਕੀ ਹਜੇ ਕੱਚੀ ਹੈਗੀ ਪੌਦਿਆਂ ਬਾਈ ਨੂੰ ਵੀ ਕਹਿ ਕੇ ਦਿਨਾਂ ਦੀ ਕੱਚੀ ਆ ਕਹਿ ਕੇ ਦਿਨ ਲੈ ਜੂਗੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਦਿਆਂਗੇ ਅਤੇ ਬੋਡੀ ਬਣਤਰ ਦੀ ਮੂੰਹ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਝੋਟੀ ਅਤੇ ਬਾਕੀ ਰਿਹਾ ਇੱਧਰ ਬਾਈਆਂ ਕੋਲ ਇੱਕ ਤਾਜ਼ੀ ਸੂਈ ਹੋਈ ਆ ਬਾਕੀ ਆਪਾਂ ਇਹਦੀ ਡਿਟੇਲ ਲੈਂਦੇ ਹਾਂ ਮੱਝ ਦੀ ਸਾਰੀ ਗੱਲਬਾਤ ਬਾਈਆਂ ਨਾਲ ਕਰਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਕਿਹੜਾ ਪਿੰਡ ਆ ਬਾਈ ਦਾ ਲੇਹਰਾ ਪੈਗਾ ਠੀਕ ਆ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਕਹਿ ਕਿਦਾਂ ਲੈ ਜੂ ਇਹ ਝੋਟੀ ਹਫ਼ਤਾ ਲੈ ਜੂ ਠੀਕ ਆ ਦੂਜੇ ਸੂਏ ਸੋਣਾ ਨੇ ਠੀਕ ਆ ਅਤੇ ਗੱਲ ਕਰੀਏ ਬਾਈ ਆਪਾਂ ਪਹਿਲੇ ਸੂਏ ਦੁੱਧ ਕਿੰਨਾ ਕੱਢਿਆ ਨੇ 14 ਲੀਟਰ ਠੀਕ ਆ ਬਈ ਐਤਕੀ ਕੀ ਉਮੀਦ ਰਹੋ ਬਾਈ ਇਹ ਤੋਂ ਐਤਕੀ ਵੱਧ ਚਾਹੀਦਾ ਨਾ ਜੇ 14 ਕੁ ਲੀਟਰ ਕੱਢਿਆ ਗਾ ਵੀ ਐਤਕੀ 15-16 ਲੀਟਰ 16 ਲੀਟਰ ਆਰਾਮ ਨਾਲ ਕੱਢੂਗੀ ਅਤੇ ਰੇਟ ਦੀ ਗੱਲ ਕਰੀਏ ਬਾਈ ਰੇਟ ਕਿੰਨਾ ਰੱਖਤਾ ਇਹਦਾ ਫਿਰ ਅੱਜ 1,35,000 ਠੀਕ ਆ ਲੈਣ ਦੇਣ ਕਿੱਥੋਂ ਰੱਖੋ ਜੀ ਠੀਕ ਆ ਬਾਕੀ ਲੈਣ ਦੇਣ ਨਾਲ ਰੇਟ ਜੀ ਕਰਿਆ ਗਾ ਰੇਟ ਜਿਹੜੇ ਮੰਨ ਕੇ ਚਲੋ ਵੀ ਝੋਟੀਆਂ ਹੈਗੀਆਂ ਬੋਡੀ ਬਣਤਰ ਦੇ ਦੇਖ ਸਕਦੇ ਨਾ ਪਿੱਠ ਪੁੜੇ ਖੜਮੇ ਦੀ ਹੈਗੀ ਚੰਗੀ ਆ ਬਣੀ ਹੋਈ ਆ ਝੋਟੀ ਬਾਕੀ ਰੇ ਹਫ਼ਤਾ 8-10 ਦਿਨ ਲੈ ਜੂਗੀ ਹਜੇ ਬਾਕੀ ਰੇ ਹਜੇ ਹੋਰ ਲੇਵਲ ਹੋਊਗਾ ਜਿਹੜਾ ਝੋਟੀ ਨੇ ਬਣਾਉਣਾ ਢਿੱਲਾਂ ਢੁੱਲਾਂ ਜਿਹੜੀਆਂ ਬਹੁਤ ਆ ਗਏ ਝੋਟੀ 'ਚ ਪਈਆਂ ਹਜੇ ਅਤੇ ਬਾਕੀ ਰੇਟ ਬਾਈ ਜਿਹੜਾ ਕਰਦਾ 1,35,000 ਲੈਣ ਦੇਣ ਵਾਲਾ ਹੈਗਾ ਬਾਕੀ ਕਹਿੰਦਾ ਮੌਕੇ 'ਤੇ ਮਾਨ ਤਾਨ ਹੋ ਜੂ ਨੰਬਰ ਬੋਲਦੇ ਬਾਈ ਇੱਕ ਵਾਰੀ ਆਪਣਾ 99884 99805 15005 ਠੀਕ ਆ ਅਤੇ ਰੇਟ ਇਹਦਾ ਇੱਕ ਪੈਂਦਾ ਅਤੇ ਦੁੱਧ ਇਹਦਾ 15-16 ਲੀਟਰ ਕਰ ਜੂਗੀ ਠੀਕ ਆ ਲਹਿਰਾ ਬੇਗਾ ਪਿੰਡ ਆ ਬਾਈ ਦਾ ਜ਼ਿਲ੍ਹਾ ਬਠਿੰਡਾ ਰਹਿ ਦਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਝੋਟੀ ਬਣਨ ਵਾਲੀ ਹੈਗੀ ਮੂਹਰੇ ਬਣਨ ਵਾਲੀ ਝੋਟੀ ਆ ਚੰਗੀ ਹੈ ਦੁੱਧ ਰਿਕਾਰਡ ਵੀ ਚੰਗਾ ਪਾ ਜੂਗੀ ਬਾਕੀ ਦੇ ਹਜੇ ਕੱਚੀ 8-10 ਦਿਨਾਂ ਦੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਨੰਬਰ 'ਤੇ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਲੈ ਵੀ ਦੋਸਤੋ ਤੁਹਾਨੂੰ ਇੱਕ ਆਪਾਂ ਨੀਲੀ ਰਾਵੀ ਦੀ ਮੱਝ ਤੋਰ ਕੇ ਦਿਖਾਉਣੇ ਹੈਗੇ ਦੂਜੇ ਸੂਏ ਜਿਹੜਾ ਸੂਈ ਹੋਈ ਹੈਗੀ ਮਗਰ ਬੱਚਾ ਜਿਹੜਾ ਉਹ ਵੀ ਨੀਲੀ ਰਾਵੀ ਦਾ ਪਹਿਲਾਂ ਤੁਸੀਂ ਤੁਰਦੇ ਚੈੱਕ ਕਰ ਲਿਓ ਹੈ ਨਾ ਪਿੱਠ ਪੋਲੇ ਦੀ ਘਰ ਦੀ ਮੱਝ ਆ ਘਰੇਲੂ ਮੱਝ ਹੈਗੀ ਜਮਾਂ ਅਤੇ ਆਰਡਰ ਕੁਆਲਿਟੀ ਦੇਖੋ ਤੁਸੀਂ ਮੱਝ ਦੀ ਬਹੁਤ ਸੋਹਣੀ ਹੈਗੀ ਅਤੇ ਨੀਲੀ ਰਾਵੀ 'ਚ ਪੈ ਜਾਂਦੀ ਦੇਖੋ ਤੁਸੀਂ ਅੱਧੀ ਪੂਛ ਚਿੱਟੀ ਆ ਚਾਰੇ ਪੈਰਾਂ 'ਤੇ ਨਿਸ਼ਾਨ ਚਿੱਟੇ ਆ ਮੱਥੇ 'ਚ ਜਿਹੜਾ ਫੁੱਲ ਵੀ ਆ ਚਿੱਟਾ ਅਤੇ ਬਾਕੀ ਬਾਈਆਂ ਨਾਲ ਕਰਦੇ ਹਾਂ ਗੱਲਬਾਤ ਆਪਾਂ
ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਭਾਈ ਇਹਨਾਂ ਸੰਪਰਕ ਕਰ ਲਿਓ, ਨੰਬਰ ਵੀ ਲੈ ਦਾਂਗੇ ਤੁਹਾਨੂੰ ਆਪਾਂ, ਅਤੇ ਬਾਕੀ ਰਿਹਾ ਬੱਚਾ ਮਗਰ ਦੇ ਸਕਦੇ ਸੀ ਨਾ ਨੀਲੀ ਰਾਵੀ ਦਾ ਕੱਟਾ ਗਾ, ਅਤੇ ਬਾਕੀ ਮੱਝ ਵੀ ਚੰਗੀ ਹੈਗੀ, ਬਾਕੀ ਦੋ ਮੱਝਾਂ ਜਿਹੜੀਆਂ ਲੈ ਕੇ ਆਇਆ ਬਾਈ, ਬਾਕੀ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ, ਡਿਟੇਲ 'ਚ ਪਾਉਂਦੇ ਹਾਂ, ਮੱਝਾਂ ਤੁਸੀਂ ਦੇ ਸਕਦੇ ਹੋ ਨਾ, ਅਤੇ ਲੇਬਲ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਹਦਾ ਬੈਕ ਸਾਈਡ ਤੋਂ। ਉਹ ਦੂਜੀ ਵੀ ਆਪਣੀ ਆ ਬਾਈ, ਉਹਨੂੰ ਤੋਰੀ ਤੋਰੀ ਬਾਈ ਮਾੜਾ ਜਿਹਾ ਇਹਨੂੰ ਤੋਰੀ ਤੋਰੀ, ਇੱਕ ਬਾਈਆਂ ਕੋਲ ਆਹਾ ਮੱਝ ਹੈਗੀ, ਇਹ ਵੀ ਤੋਰ ਕੇ ਦਿਖਾਉਣੇ ਤੁਹਾਨੂੰ ਆਪਾਂ ਸਾਰੀ ਡਿਟੇਲ ਇਹਦੀ ਵੀ ਲਵਾਂਗੇ ਬਾਈਆਂ ਤੋਂ, ਇੱਕ ਮੱਝ ਜਿਹੜੀ ਬਾਈਆਂ ਕੋਲ ਆਹਾ ਜੀ, ਦੋਨਾਂ ਹੀ ਆਪਾਂ ਡਿਟੇਲ ਇਕੱਠਿਆਂ 'ਚ ਲੈ ਲਾਂਗੇ, ਅਤੇ ਇਹਦਾ ਵੀ ਪੁੱਛਾਂ ਆਪਾਂ ਨੂੰ ਬਾਈਆਂ ਨੂੰ ਵੀ ਕੈਮਿਸ ਵਿਸ ਜਾਂ ਮੂੰਹ ਮੱਥੇ 'ਤੇ ਫੇਸ ਕੁਆਲਿਟੀ ਦੇ ਸਕਦੇ ਤੁਸੀਂ ਨਾ ਬੋਡੀ ਮੰਤਰ ਦੀ, ਅਤੇ ਥਣਾਂ ਦਾ ਸਾਇਜ਼ ਸੂਜ ਜਿਹੜਾ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਜਿਹੜੀ ਦੇ ਸਕਦੇ ਹੋ ਨਾ, ਬਾਕੀ ਇਹ ਗੱਲਬਾਤ ਬਾਈਆਂ ਆਪਾਂ ਸਾਰੀ ਕਰਾਂਗੇ, ਜੇ ਕਿਸੇ ਭਰਾ ਨੇ ਲੈਣੀਆਂ ਹੋਈਆਂ ਤਾਂ ਨੰਬਰ ਵੀ ਲੈ ਦਾਂਗੇ ਤੁਹਾਨੂੰ ਆਪਾਂ, ਬਾਕੀ ਇਹ ਮੌੜ ਪਸ਼ੂ ਮੰਡੀ 'ਤੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਖਰੀਦਣਾ ਤਾਂ ਤੁਸੀਂ ਇੱਥੇ ਪਹੁੰਚ ਕੇ ਵੀ ਖਰੀਦ ਸਕਦੇ ਹੋਗੇ, ਬਾਕੀ ਆ ਜੋ ਬਾਈਆਂ ਤੋਂ ਲੈਂਦੇ ਹਾਂ ਡਿਟੇਲ, ਆਪਾਂ ਦੋਨੇ ਤਾਜ਼ੀਆਂ ਜਿਹੜੀਆਂ ਸੁਣੀਆਂ ਹੋਈਆਂ ਬਈ। ਆ ਨੀਲੀ ਰਾਵੀ ਕਿਵੇਂ ਸੂਏ ਸੂਈ ਆਪਣੀ ਮੱਝ, ਦੂਜੇ ਸੂਏ ਕਹਿ ਕੇ ਦਿਨ ਹੋ ਗਏ ਸੂਈ ਨੂੰ, ਛੇ ਸੱਤ ਦਿਨ ਹੋ ਗਏ, ਠੀਕ ਆ ਬੱਚਾ ਮਗਰ ਕੱਟਾ ਹੈ ਨਾ, ਠੀਕ ਆ, ਅਤੇ ਦੁੱਧ ਦੀ ਗੱਲ ਕਰੀਏ ਬਾਈ, ਦੁੱਧ ਕਿੰਨਾ ਕੁ, 15 ਕੁ ਲੀਟਰ ਘਰ ਦੀ ਮੱਝ ਆਪਣੀ, ਠੀਕ ਆ, ਘਰੇਲੂ ਆ ਦੋਨੇ, ਠੀਕ ਆ ਠੀਕ ਆ, ਕਿਹੜਾ ਪਿੰਡ ਆ ਬਾਈ ਦਾ, ਛੋਟੀ ਹੀਰੋ, ਠੀਕ ਆ, ਅਤੇ ਜਿਹੜੀ ਉਹ ਦੂਜੇ ਨੰਬਰ 'ਤੇ ਤੋਰੀ ਆਪਾਂ, ਇਹ ਕਿਵੇਂ ਸੂਏ ਆ, ਇਹ ਵੀ ਦੂਜੇ ਆ, ਮਗਰ ਇਹਦੇ ਮਗਰ ਬੱਚਾ, ਇਹਦੇ ਮਗਰ ਕੱਟੀ ਆ, ਇਹਨੂੰ ਕਹਿ ਕੇ ਦਿਨੋਗੇ ਸੂਈ ਨੂੰ, 12-13, ਜੇ ਇਹਦੀ ਰੇਟ ਦੀ ਗੱਲ ਕਰੀਏ ਆਪਾਂ, ਰੇਟ ਇਹਦਾ ਕਿੰਨਾ ਕਰਤਾ, ਇਹਦਾ ਰੇਟ ਤਾਂ ਵੱਧ ਕੇ ਹੁਣ ਦੇ ਦਾਂਗੇ 1.25 ਲੱਖ, 1.25 ਲੱਖ ਦੀ, ਠੀਕ ਆ, ਬਾਕੀ ਫੋਨ 'ਤੇ ਗੱਲਬਾਤ ਹੋ ਜਾਊ ਨਾ, ਠੀਕ ਆ, ਅਤੇ ਦੁੱਧ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਕੱਢ ਜੂ, ਦੁੱਧ ਇਹ ਵੀ ਬਾਈ 13 ਕੁ ਲੀਟਰ ਦੇ ਲਗਭਗ ਕੱਢ ਦੂ, 13 ਕੁ ਲੀਟਰ, ਠੀਕ ਆ ਠੀਕ ਆ, ਇੱਕ ਵਾਰੀ ਨੰਬਰ ਬੋਲ ਲਿਆ ਆਪਣਾ, 62845 55317, ਅਤੇ ਇਹਦੀ ਗੱਲ ਕਰੀਏ ਇਹਦਾ ਰੇਟ ਕੀ ਕਰਤਾ, ਇਹਦਾ 1,40,000, ਅਤੇ ਇਹਦਾ ਲੈਣ ਦੇਣ ਕਿੱਥੋਂ ਤੱਕ ਹੋ ਜੂਗਾ, ਮੌਕੇ 'ਤੇ ਮਾਨ ਤਾਨ ਹੋ ਜੂਗਾ, ਘਰ ਦੀਆਂ ਘਰੇਲੂ ਮੱਝਾਂ ਜਮਾਂ ਘਰੀਆਂ, ਠੀਕ ਆ, ਆਪ ਪਾਲੀਆਂ ਹੋਈਆਂ ਗੀਆਂ, ਠੀਕ ਆ ਬਾਈ, ਕਹਿੰਦੇ ਵੀ ਆਪ ਪਾਲੀਆਂ ਹੋਈਆਂ ਗੀਆਂ, ਅਤੇ ਥਾਂ ਲੇਵਾ ਇੱਧਰ ਉਹ ਦੇ ਸਕਦੇ ਤੁਸੀਂ ਆ ਮੱਝ ਦਾ, ਬਾਕੀ ਨੇ ਨੀਲੀ ਰਾਵੀ 'ਚ ਪੈ ਜਾਂਦੀਆਂ, ਬਾਕੀ ਤਾਂ ਦੋਨੇ ਚੰਗੀਆਂ ਗਈਆਂ ਘਰ ਦੀਆਂ ਗੀਆਂ, ਦੋਨੇ ਤਾਜ਼ੀਆਂ ਸੂਈਆਂ ਹੋਈਆਂ, ਦੂਜੇ ਸੂਏ 12-13 ਲੀਟਰ ਦੁੱਧ ਹੈਗਾ, ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਨੰਬਰ ਤੁਸੀਂ ਸੰਪਰਕ ਕਿਹੜਾ ਕਰ ਸਕਦੇ, ਪਿੰਡ ਆ ਹੀਰੋ ਚਾੜੋ ਆ, ਹੀਰੋ ਖੁਰਦ, ਜ਼ਿਲ੍ਹਾ ਕਿਹੜਾ ਪੈ ਜਾਂਦਾ, ਮਾਨਸਾ, ਠੀਕ ਆ, ਅਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅੱਜ ਦੀ ਵੀਡੀਓ ਦੇ ਵਿੱਚ ਇੰਨੀ ਧੰਨਵਾਦ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਦਾ ਚੈਨਲ ਦੇਖਣ ਲਈ, ਅਤੇ ਠੀਕ ਆ ਜੀ, ਧੰਨਵਾਦ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਅਗਲੀ ਮੰਡੀ 'ਚ, ਧੰਨਵਾਦ।